ਘਰ ਦੇ ਵਿੱਚ ਸਮਾਰਟ ਸਪੀਕਰ ਵਰਤਣ ਵਾਲੇ ਸਾਵਧਾਨ। ਪ੍ਰਾਈਵੇਸੀ ਅਤੇ ਨਿੱਜੀ ਡਾਟਾ ਹੋ ਸਕਦਾ ਹੈ ਲੀਕ। ਬ੍ਰਿਟੇਨ ਦੀ ਯੂਨੀਵਰਸਿਟੀ ਦੀ ਖੋਜ ਨੇ ਉਡਾਏ ਹੋਸ਼। ਕਿਤੇ ਤੁਸੀਂ ਨਾ ਚੜ ਜਾਇਓ ਹੈਕਰਸ ਦੇ ਧੱਕੇ। ਅੱਜ ਕੱਲ੍ਹ ਦੇ ਇਸ ਤਕਨੀਕੀ ਯੁੱਗ ਦੇ ਵਿੱਚ ਕਈ ਤਰ੍ਹਾਂ ਦੇ ਸਮਾਰਟ ਗੈਜ਼ਟਸ ਮਾਰਕੀਟ ਦੇ ਵਿੱਚ ਉਪਲਬਧ ਨੇ। ਇਹਨਾਂ ਸਮਾਰਟ ਗੈਜ਼ਟਸ ਦੇ ਵਿੱਚ ਨਿਤ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਇਹ ਸਮਾਰਟ ਗੈਜ਼ਟਸ ਤੁਹਾਡੇ ਦੇ ਲਈ ਵੱਡਾ ਖਤਰਾ ਬਣ ਸਕਦੇ ਨੇ? ਬ੍ਰਿਟੇਨ ਦੀ ਯੂਨੀਵਰਸਿਟੀ ਆਫ ਕੈਂਬਰਿਜ ਦੇ ਵੱਲੋਂ ਜੋ ਖੋਜ ਕੀਤੀ ਗਈ ਹੈ ਉਹ ਤੁਹਾਡੇ ਹੋਸ਼ ਉਡਾ ਕੇ ਰੱਖ ਦੇਵੇਗੀ ਕਿ ਕਿਸ ਤਰ੍ਹਾਂ ਨਾਲ ਹੈਕਰਸ ਦੇ ਵੱਲੋਂ ਟੈਕਨੋਲੋਜੀ ਦੇ ਜ਼ਰੀਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਮਾਰਕੀਟ ਦੇ ਵਿੱਚ ਮੌਜੂਦ ਨਵੀਂ ਤਕਨੀਕ ਦੇ ਸਮਾਰਟ ਗੈਜ਼ਟਸ ਲੋਕਾਂ ਦੀ ਪਹਿਲੀ ਪਸੰਦ ਨੇ। ਇਹਨਾਂ ਗੈਜ਼ਟਸ ਦੇ ਵਿੱਚ ਨਿਤ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਵੇਂ ਜਿਵੇਂ ਇਹ ਨਵੀਂ ਤਕਨੀਕ ਵਾਲੇ ਗੈਜ਼ਟਸ ਤੁਸੀਂ ਮਾਰਕੀਟ ਦੇ ਵਿੱਚੋਂ ਖਰੀਦ ਕੇ ਘਰ ਲੈ ਕੇ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਵੱਡਾ ਖਤਰਾ ਬਣ ਸਕਦੇ ਨੇ। ਅਸੀਂ ਤੁਹਾਨੂੰ ਡਰਾ ਨਹੀਂ ਰਹੇ, ਸਗੋਂ ਸੁਚੇਤ ਕਰ ਰਹੇ ਹਾਂ। ਜੀ ਹਾਂ, ਜਿਵੇਂ ਜਿਵੇਂ ਟੈਕਨੋਲੋਜੀ ਅਪਡੇਟ ਹੁੰਦੀ ਹੈ ਉਵੇਂ ਉਵੇਂ ਹੈਕਰਸ ਦੇ ਵੱਲੋਂ ਵੀ ਟੈਕਨੋਲੋਜੀ ਦੇ ਜ਼ਰੀਏ ਇਹਨਾਂ ਗੈਜ਼ਟਸ ਨੂੰ ਹੈਕਿੰਗ ਦੇ ਨਵੇਂ ਨਵੇਂ ਤਰੀਕੇ ਲੱਭ ਲਏ ਜਾਂਦੇ ਨੇ। ਇਹਨਾਂ ਗੈਜ਼ਟਸ ਦੇ ਜ਼ਰੀਏ ਉਹ ਉਪਭੋਗਤਾ ਦੀ ਨਿੱਜੀ ਜਾਣਕਾਰੀ ਤੱਕ ਲੀਕ ਕਰ ਸਕਦੇ ਨੇ। ਹੁਣ ਇੱਕ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਹੈਕਰ ਸਮਾਰਟ ਸਪੀਕਰਾਂ ਦੇ ਰਾਹੀਂ ਉਪਭੋਗਤਾ ਦਾ ਨਿੱਜੀ ਡਾਟਾ ਜਿਵੇਂ ਪਾਸਵਰਡ ਅਤੇ ਪਿੰਨ ਨੰਬਰ ਵੀ ਹੈਕ ਕਰ ਸਕਦੇ ਨੇ। ਬਹੁਤ ਸਾਰੇ ਉਪਭੋਗਤਾ ਗੂਗਲ ਜਾਂ ਅਲੈਕਸਾ ਦੇ ਸਮਾਰਟ ਸਪੀਕਰਾਂ ਦੀ ਵਰਤੋਂ ਕਰਦੇ ਨੇ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਕੈਂਬਰਿਜ ਦੇ ਖੋਜਕਾਰਾਂ ਨੇ ਇਸ 'ਤੇ ਖੋਜ ਕੀਤੀ ਹੈ ਅਤੇ ਇਸ ਰਿਸਰਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਸਮਾਰਟਫੋਨ 'ਤੇ ਪਿੰਨ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਰਟ ਸਪੀਕਰ ਕੀਪੈਡ ਦੀ ਆਵਾਜ਼ ਨੂੰ ਰਿਕਾਰਡ ਕਰ ਲੈਂਦੇ ਨੇ। ਇਸ ਤੋਂ ਬਾਅਦ ਖੋਜਕਰਤਾਵਾਂ ਨੇ ਕੀਬੋਰਡ ਨੂੰ ਦਬਾਉਣ ਦੀ ਆਵਾਜ਼ ਨੂੰ ਕੰਪਿਊਟਰ ਨਾਲ ਜੋੜਿਆ। ਪਤਾ ਲੱਗਿਆ ਕਿ ਜਦੋਂ ਸਮਾਰਟਫੋਨ 'ਤੇ ਕੁਝ ਟੈਪ ਕੀਤਾ ਜਾਂਦਾ ਸੀ ਤਾਂ ਸਮਾਰਟ ਸਪੀਕਰ ਵੀ ਵਾਈਬ੍ਰੇਸ਼ਨ ਦੇ ਨਾਲ ਆਵਾਜ਼ ਰਿਕਾਰਡ ਕਰ ਲੈਂਦੇ ਸੀ। ਅਜਿਹੀ ਸਥਿਤੀ ਦੇ ਵਿੱਚ ਹੈਕਰ ਜਾਂ ਸਾਈਬਰ ਅਪਰਾਧੀ ਸਪੀਕਰ ਦੇ ਰਾਹੀਂ ਉਹਨਾਂ ਸ਼ਬਦਾਂ ਨੂੰ ਦੁਬਾਰਾ ਖੋਜ ਕੇ ਗੁਪਤ ਕੋਡ ਅਤੇ ਪਾਸਵਰਡ ਪ੍ਰਾਪਤ ਕਰ ਸਕਦੇ ਨੇ। ਅੱਜ ਕੱਲ੍ਹ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਦੇ ਲਈ ਮੋਬਾਈਲ ਦਾ ਇਸਤੇਮਾਲ ਕਰਦੇ ਨੇ। ਦੱਸ ਦਈਏ ਕਿ ਅੱਜ ਕੱਲ੍ਹ ਲੋਕ ਸਮਾਰਟਫੋਨ ਦੇ ਵਿੱਚ ਮੋਬਾਈਲ ਬੈਂਕਿੰਗ ਦੀ ਵੀ ਵਰਤੋਂ ਕਰ ਰਹੇ ਨੇ। ਅਜਿਹੇ ਦੇ ਵਿੱਚ ਹੈਕਰਸ ਸਮਾਰਟ ਸਪੀਕਰਾਂ ਦੇ ਰਾਹੀਂ ਬੈਂਕ ਖਾਤਿਆਂ ਨੂੰ ਸੰਨ ਲਗਾ ਸਕਦੇ ਨੇ। ਪ੍ਰਮੁੱਖ ਖੋਜਕਾਰ ਦਾ ਕਹਿਣਾ ਹੈ ਕਿ ਸਮਾਰਟ ਸਪੀਕਰ ਦੀ ਰਿਕਾਰਡਿੰਗ ਦੇ ਰਾਹੀਂ ਹੈਕਰਸ ਪਿੰਨ ਕੋਡ ਅਤੇ ਰਿਕਾਰਡ ਕੀਤੇ ਸੰਦੇਸ਼ ਦੇ ਰਾਹੀਂ ਗੁਪਤ ਸੰਦੇਸ਼ਾਂ ਦਾ ਵੀ ਪਤਾ ਲਗਾ ਸਕਦੇ ਨੇ। ਇਹ ਸਮਾਰਟ ਸਪੀਕਰ ਸ਼ਬਦਾਂ ਨੂੰ ਆਸਾਨੀ ਨਾਲ ਫੜ ਲੈਂਦੇ ਨੇ। ਜੇਕਰ ਸਮਾਰਟ ਸਪੀਕਰ 'ਚ ਬਟਨ ਦਬਾਉਣ ਦੀ ਆਵਾਜ਼ ਰਿਕਾਰਡ ਕੀਤੀ ਜਾਂਦੀ ਹੈ ਤਾਂ ਉਸਦੀ ਮਦਦ ਨਾਲ ਹੈਕਰ ਤੁਹਾਡੀ ਕਿਸੇ ਵੀ ਨਿੱਜੀ ਜਾਂ ਡਿਜੀਟਲ ਬੈਂਕ ਖਾਤੇ ਤੱਕ ਪਹੁੰਚ ਕਰ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਸਮਾਰਟ ਸਪੀਕਰ ਕਾਰਨ ਨਾ ਸਿਰਫ ਤੁਹਾਡਾ ਡਾਟਾ ਬਲਕਿ ਤੁਹਾਡੀ ਪ੍ਰਾਈਵੇਸੀ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ। ਸਾਲ 2020 ਦੇ ਵਿੱਚ ਖਬਰ ਆਈ ਸੀ ਕਿ ਐਮਾਜ਼ਾਨ ਦੇ ਸਮਾਰਟ ਸਪੀਕਰ ਨੇ ਪਤੀ ਪਤਨੀ ਦੀ ਨਿੱਜੀ ਗੱਲਬਾਤ ਲੀਕ ਕਰ ਦਿੱਤੀ ਸੀ। ਇਸ ਸਮਾਰਟ ਸਪੀਕਰ ਨੇ ਪੋਰਟਲੈਂਡ ਤੋਂ ਪਤੀ ਪਤਨੀ ਦੀ ਗੱਲਬਾਤ ਰਿਕਾਰਡ ਕਰਕੇ ਕਿਸੇ ਤੀਜੇ ਸ਼ਖਸ ਨੂੰ ਭੇਜ ਦਿੱਤੀ ਸੀ। ਇਸ ਮਾਮਲੇ ਦੇ ਵਿੱਚ ਐਮਾਜ਼ਾਨ ਨੇ ਸਪਸ਼ਟੀਕਰਨ ਦਿੰਦਿਆਂ ਹੋਇਆ ਕਿਹਾ ਸੀ ਕਿ ਪਤੀ ਪਤਨੀ ਦੀ ਗੱਲਬਾਤ ਦੌਰਾਨ ਅਲੈਕਸਾ ਨੂੰ ਗਲਤ ਫਹਿਮੀ ਹੋਈ ਸੀ ਅਤੇ ਉਸਨੇ ਇਹ ਰਿਕਾਰਡਿੰਗ ਵਾਸ਼ਿੰਗਟਨ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ ਭੇਜ ਦਿੱਤੀ ਸੀ। ਐਮਾਜ਼ਾਨ ਨੇ ਕਿਹਾ ਸੀ ਕਿ ਗੱਲਬਾਤ ਦੌਰਾਨ ਅਲੈਕਸਾ ਨੇ ਗਲਤੀ ਦੇ ਨਾਲ ਇੱਕ ਸ਼ਬਦ ਨੂੰ ਵਾਇਸ ਕਮਾਂਡ ਸਮਝ ਲਿਆ ਅਤੇ ਐਕਟਿਵ ਹੋ ਗਿਆ, ਜਿਸ ਤੋਂ ਬਾਅਦ ਅਲੈਕਸਾ ਨੂੰ ਮੈਸੇਜ ਭੇਜਣ ਦੀ ਕਮਾਂਡ ਮਿਲਣ ਦੀ ਗਲਤੀ ਹੋ ਗਈ ਸੀ। ਸੋ ਉਮੀਦ ਕਰਦੇ ਹਾਂ ਕਿ ਅਸੀਂ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤੋਂ ਤੁਸੀਂ ਸੁਚੇਤ ਹੋਵੋਗੇ ਅਤੇ ਸਾਵਧਾਨੀ ਵਰਤ ਕੇ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।